ਜਦੋਂ ਬੰਦੇ ਨੂੰ ਆਪਣੇ ਗੋਲਸ ਕਲੀਅਰ ਹੁੰਦੇ ਨੇ ਨਾ, ਤਾਂ ਫਿਰ ਉਸਦੇ ਕਦਮਾਂ ਵਿੱਚ ਰਫ਼ਤਾਰ ਆਪ ਮੁਹਾਰੇ ਹੀ ਆ ਜਾਂਦੀ ਹੈ। ਅਤੇ ਹੁਣ ਸੋਚੋ, ਜਦੋਂ ਕਿਸੇ ਬੰਦੇ ਦਾ ਨਾਮ ਹੀ ਰਫ਼ਤਾਰ ਹੋਵੇ, ਤਾਂ ਉਹ ਕਿਸੇ ਦੇ ਰੋਕਿਆਂ ਕਿਵੇਂ ਰੁਕਣ ਵਾਲਾ ਹੈ। ਤੁਸੀਂ ਹੁਣ ਸਮਝ ਹੀ ਗਏ ਹੋਵੋਗੇ ਕਿ ਮੈਂ ਗੱਲ ਕਰਨ ਜਾ ਰਹੀ ਹਾਂ ਸਾਡੀ ਬਾਲੀਵੁੱਡ ਅਤੇ ਬਾਲੀਵੁੱਡ ਇੰਡਸਟਰੀ ਦੇ ਮਲਟੀ ਟੈਲੈਂਟਡ ਪਰਸਨ ਰਫ਼ਤਾਰ ਦੀ। ਵੈਸੇ ਰਫ਼ਤਾਰ ਦੇ ਗਾਣਿਆਂ ਦੀ ਵੱਖਰੀ ਗੱਲ ਇਹ ਹੁੰਦੀ ਹੈ ਕਿ ਇੱਕ ਤਾਂ ਉਹਨਾਂ ਦੇ ਗਾਣਿਆਂ ਦੇ ਕਨਸੈਪਟ ਬੜੇ ਡਿਫਰੈਂਟ ਹੁੰਦੇ ਨੇ, ਅਤੇ ਦੂਸਰੀ ਗੱਲ ਇਹ ਹੈ ਕਿ ਉਹਨਾਂ ਦੇ ਗਾਣਿਆਂ ਦੇ ਲਿਰਿਕਸ ਇੱਦਾਂ ਦੇ ਹੁੰਦੇ ਨੇ ਕਿ ਉਹ ਹਰ ਆਮ ਆਦਮੀ ਦੇ ਮੂੰਹ 'ਤੇ ਇੱਦਾਂ ਹੀ ਚੜ੍ਹ ਜਾਂਦੇ ਨੇ। ਅਤੇ ਦੂਜੇ ਪਾਸੇ ਜੇ ਅਸੀਂ ਇੱਕ ਆਰਟਿਸਟ ਦੇ ਸਕਸੈਸਫੁਲ ਲਾਈਫ ਦੀ ਗੱਲ ਕਰੀਏ, ਤਾਂ ਉਸ ਦੇ ਪਿੱਛੇ ਉਸਦੀ ਫੈਮਿਲੀ ਦਾ ਬਹੁਤ ਵੱਡਾ ਹੱਥ ਮੰਨਿਆ ਜਾ ਸਕਦਾ ਹੈ। ਅਤੇ ਉੱਧਰ ਰਫ਼ਤਾਰ ਦੀ ਜੋ ਮਿਊਜ਼ਿਕ ਇੰਡਸਟਰੀ ਦੇ ਵਿੱਚ ਰਫ਼ਤਾਰ ਫੜੀ ਹੋਈ ਹੈ, ਉਸ ਤੋਂ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਇਹਦੇ ਪਿੱਛੇ ਵੀ ਉਹਨਾਂ ਦਾ ਫੈਮਿਲੀ ਲਵ ਹੀ ਹੋਵੇਗਾ। ਜੀ ਹਾਂ, ਰਫ਼ਤਾਰ ਨੇ ਇਹ ਗੱਲ ਵੀ ਕਹੀ ਹੈ ਕਿ ਆਪਣੀ ਫੈਮਿਲੀ ਨੂੰ ਇੱਕ ਸੈਟਿਸਫਾਈਂਗ ਲਾਈਫ ਦੇਣ ਦੇ ਲਈ ਉਹਨਾਂ ਨੇ ਆਪਣੇ ਟੈਲੈਂਟ ਨੂੰ ਯੂਜ਼ ਕੀਤਾ। ਅਤੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਮੇਰੇ ਪੇਰੈਂਟਸ ਦੇ ਲਈ ਇਸ ਤਰ੍ਹਾਂ ਦਾ ਮਿਊਜ਼ਿਕ ਬਿਲਕੁਲ ਨਵਾਂ ਹੈ, ਅਤੇ ਉਹ ਇਸ ਤਰ੍ਹਾਂ ਦੇ ਮਿਊਜ਼ਿਕ ਨੂੰ ਬਿਲਕੁਲ ਪਸੰਦ ਵੀ ਨਹੀਂ ਕਰਦੇ। ਆਪਣੇ ਮਿਊਜ਼ਿਕ ਬਾਰੇ ਗੱਲ ਕਰਦੇ ਹੋਏ ਉਹਨਾਂ ਨੇ ਦੱਸਿਆ ਕਿ ਮੇਰੇ ਮਿਊਜ਼ਿਕ ਦੇ ਵਿੱਚ ਤੁਹਾਨੂੰ ਹਮੇਸ਼ਾ ਸਟੋਰੀਜ਼ ਹੀ ਸੁਣਨ ਨੂੰ ਮਿਲਣਗੀਆਂ। ਜਦੋਂ ਵੀ ਤੁਸੀਂ ਉਹਨਾਂ ਦੇ ਗਾਣੇ ਸੁਣੋਗੇ, ਤਾਂ ਵਾਕਿਆ ਹੀ ਇੰਝ ਲੱਗਦਾ ਹੈ ਜਿਵੇਂ ਤੁਸੀਂ ਕੋਈ ਸਟੋਰੀ ਸੁਣ ਰਹੇ ਹੋਵੋ। ਅਤੇ ਉੱਧਰ ਉਹਨਾਂ ਨੇ ਇਹ ਵੀ ਕਿਹਾ ਕਿ ਉਹਨਾਂ ਨੂੰ ਹਰਟ ਬ੍ਰੇਕਿੰਗ ਸੌਂਗ ਲਿਖਣ ਦਾ ਇੰਨਾ ਐਕਸਪੀਰੀਅੰਸ ਨਹੀਂ ਹੈ, ਕਿਉਂਕਿ ਉਹਨਾਂ ਦਾ ਕਦੇ ਖੁਦ ਦਾ ਦਿਲ ਨਹੀਂ ਟੁੱਟਿਆ, ਪਰ ਫਿਰ ਵੀ ਉਹਨਾਂ ਦੇ ਦੋਸਤਾਂ ਦੀਆਂ ਸਟੋਰੀਜ਼ ਸੁਣ ਕੇ ਉਹ ਅਜਿਹੇ ਗੀਤ ਲਿਖਣ ਦੀ ਕੋਸ਼ਿਸ਼ ਕਰ ਸਕਦੇ ਨੇ। ਅਤੇ ਅਗਲੀ ਗੱਲ ਜੋ ਮੈਨੂੰ ਬਹੁਤ ਪਸੰਦ ਆਈ ਕਿ ਉਹਨਾਂ ਨੇ ਕਿਹਾ ਕਿ ਮੈਂ ਹਮੇਸ਼ਾ ਨਵੇਂ ਟੈਲੈਂਟ ਨੂੰ ਐਕਸਪਲੋਰ ਕਰਨ ਵਿੱਚ ਯਕੀਨ ਰੱਖਦਾ ਹਾਂ, ਕਿਉਂਕਿ ਨਵਾਂ ਟੈਲੈਂਟ ਇਹ ਕਾਬਲੀਅਤ ਰੱਖਦਾ ਹੈ ਕਿ ਉਹ ਸਾਡੀ ਮਿਊਜ਼ਿਕ ਇੰਡਸਟਰੀ ਨੂੰ ਕੁਝ ਨਵਾਂ ਅਤੇ ਵੱਖਰਾ ਦੇ ਸਕੇ। ਉਹਨਾਂ ਨੇ ਇਹ ਵੀ ਕਿਹਾ ਕਿ ਮੈਂ ਆਪਣੇ ਨਵੇਂ ਸੌਂਗ ਡੈਬ ਦੇ ਵਿੱਚ ਇੱਕ ਆਰਟਿਸਟ ਮੂੰਹ ਫਾੜ ਦੇ ਨਾਲ ਐਕਸਪੀਰੀਅੰਸ ਕਰਨ ਦੀ ਕੋਸ਼ਿਸ਼ ਕੀਤੀ ਹੈ, ਅਤੇ ਇਹ ਐਕਸਪੈਰੀਮੈਂਟ ਉਹਨਾਂ ਦਾ ਸਫਲ ਵੀ ਹੋਇਆ ਹੈ। ਲਾਸਟ ਬਟ ਨਾਟ ਦ ਲੀਸਟ, ਉਹਨਾਂ ਨੇ ਹਨੀ ਸਿੰਘ ਬਾਰੇ ਵੀ ਗੱਲਬਾਤ ਕੀਤੀ ਅਤੇ ਕਿਹਾ ਕਿ ਹਨੀ ਸਿੰਘ ਉਹ ਸ਼ਖਸ ਨੇ ਜੋ ਉਹਨਾਂ ਨੂੰ ਇਸ ਇੰਡਸਟਰੀ ਵਿੱਚ ਲੈ ਕੇ ਆਏ, ਜਿਨ੍ਹਾਂ ਤੋਂ ਉਹਨਾਂ ਨੇ ਬਹੁਤ ਕੁਝ ਸਿੱਖਿਆ ਅਤੇ ਨਾਲ ਹੀ ਉਹਨਾਂ ਨੇ ਕਮਰਸ਼ੀਅਲ ਮਿਊਜ਼ਿਕ ਬਾਰੇ ਬਹੁਤ ਸਾਰੀ ਜਾਣਕਾਰੀ ਹਾਸਿਲ ਕੀਤੀ। ਅਤੇ ਉਹਨਾਂ ਇਹ ਵੀ ਕਿਹਾ ਕਿ ਉਹ ਇਸ ਇੰਡਸਟਰੀ ਵਿੱਚ ਕੁਝ ਵੱਖਰਾ ਅਤੇ ਨਿਊ ਆਈਡੀਆਜ਼ ਦੇ ਨਾਲ ਐਕਸਪੈਰੀਮੈਂਟ ਕਰਨਾ ਚਾਹੁੰਦੇ ਸੀ, ਇਸ ਕਰਕੇ ਉਹਨਾਂ ਨੂੰ ਹਨੀ ਸਿੰਘ ਤੋਂ ਵੱਖਰਾ ਹੋ ਕੇ ਆਪਣੇ ਆਪ ਨੂੰ ਪੇਸ਼ ਕਰਨਾ ਪਿਆ। ਸੋ ਇਸ ਤਰ੍ਹਾਂ ਅਸੀਂ ਵੀ ਇਹੀ ਦੁਆ ਕਰਦੇ ਹਾਂ ਕਿ ਰਫ਼ਤਾਰ ਮਿਊਜ਼ਿਕ ਇੰਡਸਟਰੀ ਵਿੱਚ ਇੱਦਾਂ ਦੇ ਨਵੇਂ ਐਕਸਪੀਰੀਅੰਸ ਕਰਦੇ ਰਹਿਣ, ਅਤੇ ਸਾਡੀ ਬਾਲੀਵੁੱਡ ਮਿਊਜ਼ਿਕ ਇੰਡਸਟਰੀ ਨੂੰ ਹੋਰ ਵੀ ਬੁਲੰਦੀਆਂ 'ਤੇ ਲੈ ਜਾਣ। ਬਾਲੀਵੁੱਡ ਅਤੇ ਬਾਲੀਵੁੱਡ ਦੀਆਂ ਹੋਰ ਵੀ ਤਾਜ਼ਾ ਨਿਊਜ਼ ਜਾਣਨ ਦੇ ਲਈ ਤੁਸੀਂ ਸਾਡਾ ਯੂਟਿਊਬ ਚੈਨਲ gabru.com ਜ਼ਰੂਰ ਸਬਸਕ੍ਰਾਈਬ ਕਰਨਾ, ਅਤੇ ਹੇਠਾਂ ਦਿੱਤੇ ਹੋਏ ਬੈਲ ਆਈਕਾਨ ਨੂੰ ਦਬਾ ਕੇ ਨੋਟੀਫਿਕੇਸ਼ਨ ਜ਼ਰੂਰ ਆਨ ਕਰਨਾ। gabru.com ਪੰਜਾਬ ਦਾ ਇੱਕੋ ਇੱਕ ਯੂਥ ਪੋਰਟਲ, ਐਂਟਰਟੇਨਮੈਂਟ ਦਾ ਦੇਸੀ ਪੰਚ।